ਕਹਿੰਦੇ ਹਨ ਗਰੀਬੀ ਅਤੇ ਬਿਮਾਰੀ ਜਦੋਂ ਕਿਸੇ ਦੇ ਘਰ ਪੈ ਜਾਵੇ ਤਾਂ ਉੱਥੇ ਫਿਰ ਉਹ ਪਰਿਵਾਰ ਹੀ ਜਾਣਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਦੀ ਹਸਤੀ ਵਸਤੀ ਦੁਨੀਆ ਨੂੰ ਗ੍ਰਹਿਣ ਲੱਗ ਜਾਂਦਾ ਹੈ ਅਤੇ ਇਸ ਇੱਕ ਪਲ ਦੀ ਰੋਟੀ ਤੋਂ ਵੀ ਪਰਿਵਾਰ ਮੁਹਤਾਜ ਹੋ ਜਾਂਦੇ ਹਨ। ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹਾ ਫਿਰੋਜ਼ਪੁਰ ਪਿੰਡ ਰੁਕਣੇ ਵਾਲਾ ਬਸਤੀ ਬਣਾ ਵਾਲੀ ਤੋਂ, ਜਿੱਥੇ ਇੱਕ ਪਰਿਵਾਰ ਵਿੱਚ ਇੱਕ ਛੋਟਾ ਬੱਚਾ ਜੋ ਜਨਮ ਤੋਂ ਹੀ ਅਪਾਹਜ ਮੰਜੇ 'ਤੇ ਰਿੜਕ ਰਿਹਾ ਹੈ ਅਤੇ ਘਰ ਵਿੱਚ ਨੂੰਹ ਅਤੇ ਬਜ਼ੁਰਗ ਸਹੁਰਾ ਹੈ। ਜੇ ਉਸ ਬੱਚੇ ਦੇ ਦੁੱਖ ਦੀ ਗੱਲ ਕਰੀਏ ਤਾਂ ਵੇਖ ਕੇ ਇੰਝ ਲੱਗਦਾ ਹੈ ਕਿ ਇਸ ਪਰਿਵਾਰ ਨੇ ਪਤਾ ਨਹੀਂ ਕਿਹੜੇ ਮਾੜੇ ਕਰਮ ਕੀਤੇ ਹੋਣਗੇ ਜੋ ਛੋਟਾ ਜਿਹਾ ਬੱਚਾ ਕਈ ਸਾਲਾਂ ਤੋਂ ਮੰਜੇ 'ਤੇ ਤੜਫ ਰਿਹਾ ਹੈ ਅਤੇ ਕਦੇ ਰੋਟੀ ਤੋਂ ਵੀ ਭੁੱਖਾ ਰਹਿੰਦਾ। ਸੋ ਪਰਿਵਾਰ ਨੇ ਕੀ ਕਿਹਾ ਉਹ ਸੁਣਦੇ ਹਾਂ। ਮੈਂ ਹਾਂ ਜਗਜੀਤ ਸਿੰਘ ਡੱਲ, ਅੱਜ ਪਹੁੰਚੇ ਹਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਰੁਕਣੇ ਵਾਲਾ ਬਸਤੀ ਬਣਾਲੀ ਦੇ ਵਿੱਚ, ਜਿੱਥੋਂ ਦਾ ਕਿ ਇੱਕ ਬਹੁਤ ਹੀ ਜਿਹੜਾ ਲੋੜਵੰਦ ਪਰਿਵਾਰ ਆ ਉਹ ਸਾਹਮਣੇ ਆਇਆ ਹੈ। ਪਿੰਡ ਵਿੱਚੋਂ ਹੀ ਸਾਨੂੰ ਕਿਸੇ ਨੇ ਫੋਨ ਕੀਤਾ ਸੀ ਕਿ ਇਸ ਤਰ੍ਹਾਂ ਜਿਹੜਾ ਪਰਿਵਾਰ ਬਹੁਤ ਹੀ ਜਿਹੜੀ ਆ ਮੰਦੀ ਹਾਲਤ ਦੇ ਵਿੱਚ ਜਿਹੜਾ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ, ਪਰ ਗੁਜ਼ਾਰਾ ਜਿਹੜਾ ਉਹ ਬਹੁਤ ਹੀ ਮੁਸ਼ਕਲ ਆ। ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਗੁਜ਼ਾਰਾ ਚੱਲਦਾ। ਇਸ ਤੋਂ ਇਲਾਵਾ ਜਿਹੜੇ ਘਰ ਦੇ ਹਾਲਾਤ ਵੀ ਅਸੀਂ ਆਪਣੇ ਦਰਸ਼ਕਾਂ ਨੂੰ ਅਤੇ ਦਾਨੀ ਸੱਜਣਾਂ ਨੂੰ ਵਿਖਾਵਾਂਗੇ। ਆਸ ਕਰਦੇ ਹਾਂ ਕਿ ਇਸ ਪਰਿਵਾਰ ਦੀ ਜਿਹੜੀ ਆ ਜ਼ਰੂਰ ਸਾਡੇ ਦਾਨੀ ਸੱਜਣ ਬਾਂਹ ਫੜਨਗੇ। ਆਓ ਅਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਹਨਾਂ ਤੋਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਦੇ ਉੱਤੇ ਮੁਸੀਬਤਾਂ ਪਈਆਂ ਅਤੇ ਕਿਸ ਤਰ੍ਹਾਂ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਆ। ਆਓ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਭੈਣ ਜੀ, ਕੀ ਨਾਂ ਤੁਹਾਡਾ? ਕਿਹੜਾ ਪਿੰਡ ਹੈ ਜੀ? ਬਣਾਲੀ। ਕਿਹੜੇ ਜ਼ਿਲ੍ਹੇ 'ਚ ਆ? ਫਿਰੋਜ਼ਪੁਰ। ਕੀ ਮੁਸ਼ਕਲ ਹੈ ਪਰਿਵਾਰ ਨੂੰ? ਪਰਿਵਾਰ ਭਾਈ ਇਹਨਾਂ ਦਾ ਕਾਕੇ ਦਾ ਪਿਤਾ ਜੀ ਪੂਰੇ ਹੋ ਗਏ, ਹੁਣ ਕੋਈ ਕਰਨ ਵਾਲਾ ਨਹੀਂ, ਕੋਈ ਬਹੁਤ ਔਖੇ ਆ, ਕੋਈ ਸਾਨੂੰ ਰੋਟੀ ਦੇਣ ਵਾਲਾ ਵੀ ਨਹੀਂ ਹੈਗਾ। ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਰਹਿੰਦੇ ਤੁਸੀਂ? ਪਰਿਵਾਰ 'ਚ ਜੀ ਅਸੀਂ ਇੱਕ ਗੁੱਡੀ ਆ ਅਤੇ ਕਾਕਾ ਮੰਜੇ 'ਤੇ ਆ ਅਤੇ ਬਾਪੂ ਦੋ ਵੀ ਹੁਣ ਮੰਜੇ 'ਤੇ ਬਹਿ ਗਿਆ। ਫਿਰ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ? ਗੁਜ਼ਾਰਾ ਐਵੇਂ ਹੀ ਆ, 10,000 ਫੜ ਲਿਆ ਅਤੇ ਕੋਈ ਗੁਜ਼ਾਰਾ ਕਾਹਦਾ, ਬਹੁਤ ਮੁਸ਼ਕਲ ਚੱਲਦਾ ਗੁਜ਼ਾਰਾ। ਤੁਹਾਡੀ ਪੈਨਸ਼ਨ ਲੱਗੀ ਆਪਣੀ? ਨਹੀਂ ਜੀ, ਅਜੇ ਕੋਈ ਪੈਨਸ਼ਨ ਨਹੀਂ ਲੱਗੀ, ਫਾਰਮ ਭਰੇ ਅਜੇ ਕੋਈ ਪੈਨਸ਼ਨ ਨਹੀਂ। ਇਹ ਜਿਹੜਾ ਬੱਚਾ ਪਾਜ ਤੁਹਾਡਾ, ਇਹਦੀ ਲੱਗੀ ਪੈਨਸ਼ਨ? ਨਹੀਂ ਜੀ, ਕਿਸੇ ਦੀ ਨਹੀਂ ਲੱਗੀ। ਕੀ ਮੰਗ ਕਰਦੇ ਦਾਨੀ ਸੱਜਣਾ ਤੋਂ? ਮੰਗ ਇਹ ਵੀ ਸਾਨੂੰ ਕੋਈ ਗਰੀਬੀ ਦਾ ਜੋ ਵੀ ਪੁੱਛਦਾ ਸਰਦਾ ਵੀ ਮਹਾਰਾਜ ਤੋਂ ਕੁਛ ਨਹੀਂ, ਅਸੀਂ ਤਾਂ ਕਾਹੇ ਜੋਗੇ ਨਹੀਂ ਰਹਿ ਗਏ, ਬੱਚੇ ਦੇ ਬੱਚੇ ਨਾ ਹੀ ਕਿਸੇ ਬੰਨੇ ਜਾ ਸਕਦੇ ਆ, ਇਹਨੂੰ ਕੋਈ ਰੱਖੂ ਤਾਂ ਕਿਸੇ ਬੰਨੇ ਮੈਂ ਜਾ ਸਕਦੀ। ਇਹ ਬੱਚੇ ਨੂੰ ਜਿਹੜੀ ਕੋਈ ਨਹੀਂ ਹੈਗਾ, ਬੱਚੇ ਨੂੰ ਕੀ ਹੋਇਆ, ਕਿਸ ਤਰ੍ਹਾਂ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਹਾਲਾਤ ਹੋ ਗਏ ਇਹਦੇ ਬੱਚੇ? ਇਹ ਤਾਂ ਭਾਈ ਜਿਉਂ ਜਨਮ ਲਿਆ ਹੈ ਵਿਚਾਰਾ, ਨਾ ਕੋਈ ਉੱਠਿਆ ਨਾ ਬੈਠਾ, ਨਾ ਕੋਈ ਬੋਲਿਆ ਨਾ ਕੋਇਆ, ਇਹ ਬੈਠਣ ਵੀ ਨਹੀਂ ਲੱਗਾ, ਨਾ ਇਹਨੂੰ ਕੋਈ ਖਾਣ ਦਾ ਪਤਾ, ਨਾ ਦਿਮਾਗ ਹੀ ਨਹੀਂ ਹੈਗਾ ਮੈਂ ਕੀ ਖਾਣਾ ਕੀ ਨਹੀਂ, ਜੇ ਪਾਤੀ ਮੂੰਹ 'ਚ ਖਾ ਲਈ, ਜੇ ਨਹੀਂ ਪਾਈ ਤਾਂ ਨਹੀਂ ਖਾਧੀ। ਅੱਜ ਤਾਂ ਤੁਸੀਂ ਇਹਨਾਂ ਦੇ ਕੋਲ ਹੈਗੇ ਜੇ ਬੱਚੇ ਦੇ, ਕੱਲ੍ਹ ਨੂੰ ਮੰਨ ਲਓ ਕੋਈ ਗੱਲਬਾਤ ਹੋ ਗਈ, ਫਿਰ ਇਹ ਬੱਚੇ ਦਾ ਜ਼ਿੰਮੇਵਾਰ ਕੌਣ ਹੋਊਗਾ, ਕੌਣ ਸਾਂਭੂ? ਜ਼ਿੰਮੇਵਾਰ ਕੋਈ ਵੀ ਨਹੀਂ, ਕੋਈ ਹੈ ਹੀ ਨਹੀਂ, ਕੋਈ ਜ਼ਿੰਮੇਵਾਰ ਕਿੰਨੇ ਹੋਣਾ, ਬਹੁਤ ਦੁਖੀ ਹਾਂ ਅਸੀਂ। ਚਲੋ ਅੱਗੇ ਚਲੋ ਹੈਗੇ ਸੀ, ਮੇਰੇ ਪਤੀ ਹੈਗਾ ਸੀ ਕਿ ਆਪਦਾ ਜੂਨ ਗੁਜ਼ਾਰਾ ਕਰਦੇ ਹਾਂ, ਹੁਣ ਤਾਂ ਬੈਠੇ ਵੇਖਣ ਵਾਲੇ ਆ ਕਿਸੇ, ਬਹੁਤ ਦੁਖੀ ਹਾਂ, ਤਾਂ ਕਾਹੇ ਜੋਗੇ ਨਹੀਂ ਰਹਿ ਗਏ, ਮੈਂ ਆਪ ਢਿੱਲੀ ਮੱਠੀ ਰਹਿੰਦੀ, ਮੇਰਾ ਕੀ ਪਤਾ। ਅਤੇ ਬਾਪੂ ਜੀ ਵੀ ਪਹਿਲਾਂ ਕੰਮ ਕਾਰ ਕਰਦੇ ਸੀ ਕੋਈ? ਹਾਂਜੀ, ਪਹਿਲਾਂ ਤਾਂ ਦਿਹਾੜੀ ਤਾਂ ਭਾਈ ਕਰਦੇ ਸੀ ਵਿਚਾਰੇ, ਹੁਣ ਇਹ ਵੀ ਗਿੱਟਿਆਂ ਗੋਡਿਆਂ ਤੋਂ ਰਹਿ ਗਿਆ। ਇਹ ਪੈਰਾਂ 'ਤੇ ਵੀ ਇਹਨਾਂ ਦੀ ਸੋਚ ਪਈ ਅਤੇ ਕੀ ਗੱਲ ਹੋਈ ਹੈ? ਜ਼ਖਮ ਹੋ ਗਏ ਭਾਈ। ਅਤੇ ਇਹਨਾਂ ਦਾ ਇਲਾਜ ਲੂਜ ਫਿਰ ਕਰਵਾਇਆ ਨਹੀਂ ਤੁਸੀਂ? ਇਲਾਜ ਇਸ ਤਰ੍ਹਾਂ ਹੀ ਆ, ਜਦੋਂ ਹੁੰਦਾ ਕੋਲ ਲਾ ਦੇਈਦਾ, ਨਹੀਂ ਤਾਂ ਫਿਰ ਵਿਚਾਰਾ ਇਸ ਤਰ੍ਹਾਂ ਹੀ ਆ ਬੈਠਾ, ਤਾਂ 10,000 ਫੜ ਕੇ ਲਾਈਦੇ ਆ। ਕੀ ਨਾਮ ਵੀਰ ਜੀ? ਅਮਰਜੀਤ ਸਿੰਘ ਜੀ। ਕਿਹੜਾ ਪਿੰਡ ਹੈ? ਰੁਕਣੇ ਵਾਲਾ ਬਾਣਾ ਦੀ ਵਸਤੀ ਹੈ। ਅਤੇ ਇਸ ਪਰਿਵਾਰ ਨੂੰ ਕਿਸ ਤਰ੍ਹਾਂ ਜਾਣਦੇ ਹੋ? ਇਹ ਪਿੰਡ 'ਚ ਰਹਿ ਰਿਹਾ ਜੀ, ਇੱਥੇ ਗੁਆਂਢ ਆ ਸਾਡਾ ਜੀ। ਕੀ ਮੁਸ਼ਕਲ ਪਰਿਵਾਰ ਦੀ?
मुश्किल तुहानू दस्सिया जी, गरीब परिवार आ जिहड़े इहनां दे पति सी उहनां दी डैथ हो गई है, ड्राइवर सीगे तां उह सारा परिवार दा गुजारा उहदे सिर ते ही चलदा सीगा। हुण बापू जिहड़े बजुर्ग आ इह नहीं कोई कमा सकदे, आप मंजे ते पए ने, ते हालात तुसीं वेख ही लए सारे जो वी हैगे। की मांग करदे दानी सज्जना नूं? दानी सज्जना ते इही कोई इहनां दा हैल्प कीती जावे, जिहड़ी आ बच्चा जिहड़ा पाज आ मंजे दे प्या, जे कोई इहदा इलाज हुंदा इलाज करवा देण कोई, जां जिस तरहां दा कोई आर्थिक तौर ते मदद कर सकदे करन इहनां दी। ते रोटी पाणी दा फिर इहनां दा किदां सर? रोटी पाणी इदां ही है, जे कदे कोई हैल्प कर गया कोई, जिस तरहां दा कोई सर्कल चल गया आंढ गुआंढ जां जिद्दां कोई मदद करदे ओह आपदा सर्कल चलाई बैठे। कोई परिवार दा मोबाइल नंबर चलदा अपना इहनां दा? ठीक है जी, मोबाइल नंबर तां कोई चलदे ही हुंदे जी। हांजी, बोल के दस्सिओ जी, स्टॉप कर दिओ मोबाइल नंबर। इत्थे आ जाओ। हाँ जी, बोलो नंबर। परिवार का मोबाइल नंबर हैगा 8725127123। एक बार वीर जी तुम बोलो जी, 8725127123। 87